ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਕਰਾਂਗੇ ਆਹ ਵਰਾਇਟੀ ਜਿਹੜੀ ਸਾਡੇ ਸਾਹਮਣੇ ਹੈ, ਇਹ ਵਰਾਇਟੀ ਬੀਜੀ ਸੀਗੀ DBW 303 ਤੋਂ ਘੱਟ ਵੀ 10-15 ਦਿਨ ਪਿੱਛੋਂ। ਅਤੇ ਉਹਦੀ ਵੀ ਵੀਡੀਓ ਆਉਂਦੀ ਆਪਣੇ ਚੈਨਲ 'ਤੇ, ਅਤੇ ਅੱਜ ਆਪਾਂ ਤੁਹਾਨੂੰ ਵਿਖਾਉਣੇ ਇਹ ਇਹ 'ਚ ਕਿੰਨੀ ਰੇਹਰੂ ਪਾਤੀ ਅਤੇ ਕਿੰਨਾ ਆਪਾਂ ਪਾਇਆ ਸੀ ਬੀਜ, ਸਾਰਾ ਕੁਝ ਦੱਸਾਂਗੇ। ਅਤੇ ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਆਹ ਦੇਖੋ, ਐਂ ਤੁਰ ਤੱਕ ਹੀ ਆਏ ਹਾਂ ਇਹ ਕਣਕ, ਐਂ ਨਹੀਂ ਵੀ ਕਿਤੋਂ ਕੋਈ ਮਾੜੀ ਹੋਊਗੀ। ਅਤੇ ਅੱਜ ਸੂਰਜ ਨਿਕਲਿਆ ਨਹੀਂ, ਧੁੰਦ ਪੈਂਦੀ ਹੈ, ਵੈਸੇ ਧੁੰਦ ਵੀ ਠੀਕ ਹੈ ਕਣਕ ਵਾਸਤੇ ਤਾਂ। ਅਤੇ ਪਰ ਆਪਾਂ ਜਿਹੜੀ ਗੱਲ ਕਰੀਏ ਇਹਦੇ ਵਾਸਤੇ, ਕਣਕ ਦੀ ਕਰੀਏ ਗੱਲ, ਤਾਂ ਇਹ ਕਿਹੜੀ ਵਰਾਇਟੀ ਹੈ? ਇਹ ਵਰਾਇਟੀ ਹੈਗੀ ਆ ਬਾਈ ਜੀ 222। ਇਹਦੇ ਨਾਲ ਹੀ ਦੂਜੇ ਪਾਸੇ ਉੱਧਰ ਹੈਗੀ ਹੈ ਉਹ ਵੱਟ ਦੇ ਪਰਲੇ ਪਾਸੇ 303। ਇਹ 222 ਆ। ਹੁਣ 222 ਨੇ ਕਿੰਨੀ ਕੁ ਫੂਟ ਕੀਤੀ ਆਪਾਂ ਵੇਖਦੇ ਹਾਂ। ਇਹ 0 ਡਰਿੱਲ ਨਾਲ ਬੀਜੀ ਵੀ ਹੈ। ਆਹ ਵੇਖ ਲਓ ਤੁਸੀਂ, ਆਹ ਹੁਣ ਇੱਕ 3, ਹਜੇ ਤੱਕ 3 ਸ਼ਾਖਾਂ ਹੀ ਬਣੀਆਂ, ਇਹਦੀਆਂ 4 ਹੈ, ਇਹਦੀਆਂ ਵੀ 3 ਹੈ। ਚੰਗੀ ਫੂਟ ਹੈ ਇਹਦੀ ਵੀ। ਇਹ ਉਹਦੇ ਨਾਲ ਬੀਜੀ ਵੀ ਘੱਟ ਤੋਂ ਘੱਟ 10-12 ਦਿਨ ਉਹ ਤੋਂ ਪਿੱਛੋਂ ਬੀਜੀ ਹੈ। ਜੇ ਤੁਸੀਂ ਐਂ ਵੇਖੋਗੇ ਗੌਰ ਨਾਲ ਕਣਕ ਨੂੰ, ਅਤੇ ਕਣਕ ਬਹੁਤ ਵਧੀਆ ਸਾਰੀ, ਐਨ ਇੱਕ ਸਾਰ, ਇੱਕ ਇਹਦਾ ਰੰਗ ਕਾਲਾ, ਅਤੇ ਬੀਜਣ ਲੱਗਿਆ ਨੇ ਇਹਦਾ ਆਪਾਂ 20 ਪਾਇਆ ਸੀਗਾ 0 ਡਰਿੱਲ ਨਾਲ ਬੀਜੀ ਕਰਕੇ, ਇਹਦਾ ਆਪਾਂ 20-50 ਕਿਲੋ ਪਾਇਆ ਸੀ। ਅਤੇ ਬਾਕੀ ਵਾਹਣ ਥੋੜ੍ਹਾ ਖੁਸ਼ਕ ਸੀਗਾ ਵੀ ਹੌਲੀ ਹੌਲੀ ਉੱਗਰੀ ਕਣਕ, ਵੀ ਅੱਲੇ ਵਾਹਣਾਂ 'ਚ ਤਾਂ 4-5 ਦਿਨ ਹੀ ਵੀ ਦਿਸਣ ਲੱਗ ਪੈਂਦੀ ਹੈ, 6-7 ਦਿਨਾਂ ਤੋਂ ਬਾਹਰ ਆ ਜਾਂਦੀ ਕਣਕ। ਅਤੇ ਇਹ ਵਾਹਣ ਥੋੜ੍ਹਾ ਖੁਸ਼ਕ ਸੀ, ਅਤੇ ਹੌਲੀ ਹੌਲੀ ਉੱਗਰੀ ਨਹੀਂ ਆਏ ਸਾਲ ਹੀ, ਅੱਗੇ ਆਪਾਂ ਵਾਹ ਕੇ ਬੀਜਦੇ ਹੁੰਦੇ ਸੀ ਵੀ, ਪਰ ਨਾ ਗੁੱਲੀ ਡੰਡਾ ਬਹੁਤ ਹੋ ਜਾਂਦਾ ਸੀ, ਗੁੱਲੀ ਡੰਡਾ ਸਿਰ ਦੇ ਵਾਲਾਂ ਨੂੰ ਹੋ ਜਾਂਦਾ ਸੀ। ਫਿਰ ਆਪਾਂ ਇੱਕ ਸਪਰੇਅ ਕੀਤੀ ਸੀ, ਉਹਦੇ ਨਾਲ ਕੰਟਰੋਲ ਹੋ ਗਿਆ ਸੀਗਾ ਪਿਛਲੇ ਸਾਲ, ਉਹਦੀ ਵੀ ਆਪਾਂ ਵੀਡੀਓ ਵਿਖਾਵਾਂਗੇ ਤੁਹਾਨੂੰ ਉਸ ਕਣਕ 'ਤੇ ਕੀਤੀ ਹੈ DBW 303 'ਤੇ। ਅਤੇ ਪਰ ਆ ਜੇ ਤੁਹਾਨੂੰ ਮੈਂ ਵਿਖਾਵਾਂ ਨਾ ਗੁੱਲੀ ਡੰਡਾ ਹਜੇ ਵੀ, ਆਹ ਦੇਖੋ 0 ਡਰਿੱਲ ਨਾਲ ਬੀਜੀ 'ਚ ਵੀ ਗੁੱਲੀ ਡੰਡਾ ਉੱਗ ਰਿਹਾ। ਆਹ ਦੇਖੋ, ਐਡਾ ਬੇਸ਼ਰਮ ਗੁੱਲੀ ਡੰਡਾ ਨਾ ਇਹ, ਛੱਡ ਹੀ ਗੱਲਾਂ ਦਿਓ, 2-2, 3-3 ਸਪਰੇਆਂ ਕਰਨੀਆਂ ਪੈਂਦੀਆਂ ਸੀ ਤਾਂ ਵਾਹ ਕੇ ਬੀਜਦੇ ਸੀ। ਅਤੇ ਪਰ ਕੇਰਾ ਮਰ ਜਾਂਦਾ ਸੀ, ਕਣਕ 'ਚ ਨਹੀਂ ਦੀਂਦਾ ਸੀ ਪਿੱਛੋਂ ਜਦੋਂ ਆਪਾਂ ਵੱਢਣ ਤੱਕ। ਅਤੇ ਪਰ ਜਦੋਂ ਅਗਲੇ ਸਾਲ ਵਾਹ ਕੇ ਫਿਰ ਬੀਜਣੀ, ਮਾੜਾ ਜਿਹਾ ਜਿੱਥੇ ਅੱਲਾ ਵਾਹਣ ਹੋਣਾ ਉੱਥੇ ਤਾਂ ਕਣਕ ਤੋਂ ਪਹਿਲਾਂ ਹੀ ਚੱਲ ਪੈਂਦਾ ਸੀ ਇਹ। ਐਤਕੀ ਆਪਾਂ ਤਾਂ ਹੀ ਇਹ 0 ਡਰਿੱਲ ਨਾਲ ਬੀਜੀਏ, ਕੋਈ ਫਰਕ ਪਊਗਾ? ਫਰਕ ਹੈਗਾ, ਪਰ ਹੁਣ ਉੱਗ ਰਿਹਾ, ਚਲੋ ਇਹਦੇ ਕਰਾਂਗੇ ਸਪਰੇਅ ਫਿਰ ਉਹ। ਅਤੇ ਆਪਾਂ ਇਹ 'ਚ 50 ਕਿਲੋ ਬੀਜ ਪਾਇਆ ਸੀ, ਅਤੇ 50 ਕਿਲੋ ਇਹਦੇ 'ਚ ਡਾਈ ਪਾਈ ਸੀ, ਅਤੇ ਉੱਤੋਂ ਆਪਾਂ ਪਾਇਆ 3 ਕਿਲਿਆਂ 'ਚ ਗੱਟਾ ਡਾਈ ਦਾ। ਉਦੋਂ 50 ਫਿਰ ਕਣਕ ਡਾਈ ਸੀ ਜਿਹੜੀ, ਉਦੋਂ ਪੂਰੀ ਨਹੀਂ ਮਿਲੀ, ਨਹੀਂ ਬੀਜਣੀ ਜ਼ਿਆਦਾ ਸੀ ਥੱਲੇ, ਅਤੇ ਫਿਰ ਆਪਾਂ ਨੂੰ ਉੱਤੋਂ ਪਾਉਣੀ ਪਈ। ਅਤੇ ਇਹਦੇ 'ਚ ਰੇਹ 2 ਵਾਰੀ ਪਾਈ ਆ ਜੇ, ਦੋ ਗੱਟੇ ਯੂਰੀਆ 'ਤੇ ਪਏ ਇਹਦੇ 'ਚ, ਇਦੋਂ ਜ਼ਿਆਦਾ ਕੁਛ ਨਹੀਂ ਪਿਆ ਇਹਦੇ 'ਚ। ਅਤੇ ਕਣਕ ਬਹੁਤ ਵਧੀਆ, ਕਣਕ ਤੁਸੀਂ ਆਪ ਹੀ ਵੇਖ ਲਓ, ਜੇ ਇਹਦੇ 'ਚ ਵੇਖੋਗੇ ਆਹ ਕਿਆਰੇ 'ਚ ਆ ਪੀਲਾ ਜੀ ਨਾ ਜਿਹੜਾ, ਇਹਨਾਂ 2 ਵਾਰਿਆਂ 'ਚ ਡਾਈ ਨਹੀਂ ਪਈ, ਡਲੀ ਲੱਗ ਗਈ, ਅਤੇ ਵੇਖ ਲਓ ਤੁਸੀਂ ਆਪ ਹੀ ਉਹ ਕਿਵੇਂ ਦੱਸਦੀ ਹੈ। ਆਹ ਦੇਖੋ ਕਣਕ ਸਾਰੀ ਹੈ, ਐਂ ਨਹੀਂ ਵੀ ਕਣਕ ਉੱਗਰੀ ਨਹੀਂ, ਪਰ ਡਾਈ ਨਾ ਪੈਣ ਕਰਕੇ ਪੀਲੇ ਹੈ। ਅਤੇ ਇੱਧਰ ਜਿੱਧਰ ਸਹੀ ਪਈ ਗਿਆ ਸਾਰਾ ਕੁਛ, ਉੱਧਰ ਸਾਰੀ ਪੂਰੀ ਕਹਿਣ।
ਬਾਕੀ ਧੁੰਦ ਪੈਣ ਲੱਗ ਪਈ। ਧੁੰਦ ਦਾ ਚਲੋ ਕਣਕ ਨੂੰ ਤਾਂ ਫਾਇਦਾ ਹੈ, ਅਤੇ ਪਰ ਬਈ ਜਿਹੜੇ ਨਾ ਯਾਰ ਐਕਸੀਡੈਂਟ ਹੋਈ ਜਾਂਦੇ ਉਹ ਬਹੁਤ ਵੱਡਾ ਨੁਕਸਾਨ ਹੈ। ਚਲੋ ਕਣਕਾਂ ਨੂੰ ਠੰਡ ਚਾਹੀਦੀ ਸੀ, ਠੰਡ ਪਾਉਣ ਦਾ, ਧੁੰਦ ਤਾਂ ਫਿਰ ਆ ਜਾਂਦਾ ਯਾਰ। ਧੁੰਦ ਨਾਲ ਤਾਂ ਹੁਣ ਸਾਧਨ ਵਧੇ ਬਹੁਤ ਪਏ ਹੈ, ਇੱਕ ਮਿੰਟ ਵਿਹਲੀ ਨਹੀਂ ਹੁੰਦੀ ਸੜਕ, ਅਤੇ ਐਕਸੀਡੈਂਟ ਜਿੱਦੇ ਪਹਿਲੇ ਦਿਨ ਧੁੰਦ ਪਈ ਉਹਦੇ ਬਹੁਤ ਐਕਸੀਡੈਂਟ ਹੋਏ ਅਤੇ ਬਹੁਤ ਨੁਕਸਾਨ ਹੋਇਆ। ਅਤੇ ਕਣਕ ਵਾਸਤੇ ਤਾਂ ਚਲੋ ਚਾਹੀਦੀ ਹੈ ਇਹ, ਕਣਕ ਨੂੰ ਤਾਂ ਫਾਇਦਾ ਕਰੂਗੀ, ਅਤੇ ਜਿਹੜੇ ਉਹ ਨੁਕਸਾਨ ਹੁੰਦੇ ਆ ਉਹ ਗਲਤ ਹੋਈ ਜਾਂਦੇ ਆ ਨਾ। ਆਹ ਵੇਖੋ ਤੁਸੀਂ ਕਣਕ ਆਪਣੀ, ਇਹ ਸੀ ਆਪਣੀ ਅੱਜ ਦੀ ਵੀਡੀਓ। ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ।